ਮੇਰੇ ਬੱਚੇ ਹੁਣ ਗੋਲੀਆਂ ਚਲਾਉਂਦੇ ਤਾਂ ਮੈਂ ਉਹਨੂੰ ਫੜ ਕੇ ਪੁਲਿਸ ਕੋਲ ਲੈ ਜਾਵਾਂ। ਮੈਂ ਤੇ ਮੇਰੀ ਵਾਈਫ ਅਸੀਂ ਉਹਦੇ ਜਿਗਰੇ ਨਾਲ ਖੂਨ ਨਾਲ ਚਿੱਠੀਆਂ ਲਿਖ ਕੇ ਇਸ ਆਫਿਸ ਦੇ ਵਿੱਚ ਆਏ। ਇਹ ਜਿਹੜੀ ਉੱਥੇ ਬੈਠੀ ਹੈ ਇੱਕ ਮਾਵਾਂ ਜਿਹੜੀਆਂ ਕੱਲ ਮੈਂ ਦੇਖੀਆਂ ਸੀ ਕੁਰਲਾਉਂਦੀਆਂ, ਜਿਨ੍ਹਾਂ ਦੀਆਂ ਲਾਸ਼ਾਂ ਉੱਥੇ ਪਈਆਂ ਸੀਗੀਆਂ, ਫਿਊਨਰਲ ਹੋਮ ਦੇ ਵਿੱਚ ਮੈਂ ਜਾ ਕੇ ਆਇਆ। ਉਹਨਾਂ ਦਾ ਵੈਨ ਨਹੀਂ ਸੀ ਚੱਲਿਆ ਜਾਂਦਾ, ਰੱਬ ਵੀ ਕੰਬ ਰਿਹਾ ਸੀ, ਸਾਰੀ ਜਨਤਾ ਕੰਬ ਰਹੀ ਸੀ। ਇੱਕ ਇਹ ਮਾਂ ਸੀ ਜਿਹਨੂੰ ਅਸੀਂ ਕਹਿੰਦੇ ਹਾਂ ਵੀ ਜਿਹੜੀ ਸਿਟੀ ਦੀ ਜਿਹੜੀ ਮੇਅਰ ਆ, ਮਾਂ ਅਤੇ ਪਿਓ ਹੁੰਦੇ ਜਿਹੜੇ ਉਹਨਾਂ ਦੇ ਜਿਹੜੇ ਹੁੰਦੇ ਆ ਕੌਂਸਲਰ ਹੁੰਦੇ ਆ, ਇਹਦੇ ਕੋਲ ਅਸੀਂ ਆਏ ਨੇ, ਸਾਡੀ ਗੱਲ ਨਹੀਂ ਸੁਣੀ, ਸਾ ਦਰਵਾਜ਼ਾ ਨਹੀਂ ਖੋਲ੍ਹਿਆ। ਅਸੀਂ ਦੂਜੀ ਵਾਰੀ ਆਏ, ਅਸੀਂ ਤੀਜੀ ਵਾਰੀ ਆਏ, ਫਿਰ ਅਸੀਂ ਟੌਮ ਗਿੱਲ ਦੇ ਇੱਥੇ ਆਏ ਅਤੇ ਇਹਨੇ ਦਰਵਾਜ਼ਾ ਨਹੀਂ ਖੋਲ੍ਹਿਆ ਟੌਮ ਗਿੱਲ ਨੇ।